ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ, ਜ਼ਿਲ੍ਹਾ ਮੋਗਾ, ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਹੈ। ਬਾਘੇ ਪੁਰਾਣੇ ਤੋਂ ਜਦੋਂ ਮੋਦਕੀ ਨੂੰ ਜਾਂਦੇ ਹਾਂ, ਮੇਨ ਚਿੱਟੀ ਪੱਟੀ ਵਾਲਾ ਰੋਡ, ਉਹ ਬਾਈ ਹੋਣਾਂ ਦੇ ਪਿੰਡ ਵਿੱਚ ਦੀ ਲੰਘਦਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145 0998। ਜਿਹੜੇ ਘਰ ਵੀਡੀਓ ਬਣਾ ਰਹੇ ਹਾਂ, ਦੋ ਕੁ ਪਸ਼ੂ ਆ ਬਾਈ ਹੋਣਾਂ ਦੇ, ਕੋਈ ਵਪਾਰ ਦਾ ਕੰਮ ਨਹੀਂ, ਘਰੇਲੂ ਪਸ਼ੂ। ਇੱਕ ਝੋਟੀ ਹੈ ਅਤੇ ਇੱਕ ਵਹਿੜ ਅੰਦਰ ਖੜੀ, ਇੱਕ ਕੱਟੀ ਜੀ ਖੜੀ ਲੱਗਦੀ ਹੋ, ਮੈਨੂੰ ਲੱਗਦਾ ਇਹਦੇ ਪਹਿਲੇ ਸੂਏ ਦੀ ਹੋਊ। ਆਹ ਨਗ ਸੇਲ ਹੈ, ਵਿਕਾਊ ਹੈ, ਜਿਹੜੀ ਤੁਸੀਂ ਝੋਟੀ ਸਕਰੀਨ 'ਤੇ ਵੇਖ ਰਹੇ ਹਾਂ, ਸੋਹਣੀ ਝੋਟੀ ਹੈ, ਸੁਨੱਖੀ ਹੈ, ਵਜਨ ਵਾਲੀ। ਇਨਫੋਰਮੇਸ਼ਨ ਲੈ ਦੇਣਾ, ਉਹ ਕਰਦੇ ਗੱਲਬਾਤ ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ ਜੀ। ਰਾਜਾ ਸਿੰਘ ਬਾਬੇ ਕਾ। ਰਾਜਾ ਸਿੰਘ ਬਾਬੇ ਕਾ, ਪਤੀ ਉਦਾ। ਇੱਕ ਝੋਟੀ ਵਿਕਾਊ ਬਾਈ? ਹਾਂਜੀ, ਇੱਕ ਝੋਟੀ। ਕਿੰਨਵਾਂ ਸੂਆ? ਦੂਜੇ ਸੂਏ ਘਰ ਦੀ ਝੋਟੀ ਹੈ। ਪਹਿਲੇ ਸੂਏ ਕਿੰਨਾ ਕੁ ਦੁੱਧ ਦੇਗੀ? ਪਹਿਲੇ ਸੂਏ 10 ਲੀਟਰ ਧਾਰਾਂ ਦੇ ਦੇਗੀ। ਕਿੰਨੇ ਕੁ ਦਿਨ ਲੈ ਜੂ? ਦਿਨ ਤਾਂ 5-4 ਦਿਨ ਲੈ ਸਕਦੀ ਹੈ। 5-4 ਦਿਨ? ਹਾਂਜੀ। ਸਾਂਝ ਤੋਂ ਬਣੀ ਕਿ ਸੀਵਨ ਲੱਗਾ ਅੱਗੇ? ਸਾਂਝ ਤੋਂ ਬਣੀ ਹੈ ਜੀ। ਸਾਂਝ ਤੋਂ ਬਣੀ? ਹਾਂਜੀ। ਕੀ ਆਸਮੇਦ ਕਿੰਨਾ ਕੁ ਦੁੱਧ ਪਿਆ ਜੋ ਯਾਰ ਕੀ? ਦੁੱਧ ਤਾਂ ਵੀਰੇ ਹੁਣ ਪਹਿਲੇ ਸੂਏ 10 ਧਾਰਾਂ 10 ਕਿਲੋ ਦਿੱਤੀਆਂ ਗਾਂ, ਤਾਂ ਹੁਣ ਆ ਵੀ ਸਿਆਣੇ ਆ ਤੁਸੀਂ ਵੀ ਗਾਂ ਨੂੰ ਵੱਧ ਹੀ ਦੇਣਾ ਇਹਨੇ। ਕੱਢੀਏ ਬਾਹਰ ਤੋਰ ਕੇ ਵਿਖਾ ਦਈਏ। 10 ਕਿਲੋ ਦੁੱਧ ਬਾਈ ਦੱਸਦਾ ਕਿ ਇਹਦੇ ਥੱਲੋਂ ਅਸੀਂ ਚੋਇਆ। ਵਧੀਆ ਗੱਲ ਆ, ਇਮਾਨਦਾਰੀ ਨਾਲ ਝੋਟੀ ਦੇ ਹਿਸਾਬ ਨਾਲ ਲੱਗਦਾ, ਖੁੱਲ੍ਹਾ ਦਿੱਤਾ ਹੋਊ ਇਹਨਾਂ। ਨਹੀਂ ਕਈ ਭੈਣ ਭਰਾ ਪਹਿਲੇ ਸੂਏ 15 ਕਿਲੋ 'ਤੇ ਮਾਰਦੇ ਸੂਈ, ਪਰ ਪਸ਼ੂ ਆਪ ਹੀ ਦੱਸਦਾ ਹੁੰਦਾ, ਗਵਾਹੀ ਭਰਦਾ ਕਿ ਇੰਨੇ ਕੁ ਦੁੱਧ ਦਾ ਮਾਲਕ ਹੈ। ਕੱਦ ਕਾਠ ਪੂਰਾ ਹੀ ਹੈ, ਵਜ਼ਨ ਬਹੁਤ ਹੈ। ਹਵਾਨਾ ਕਰਨ ਵਾਲੀ ਦਾ ਸੋਹਣਾ ਤਿਆਰ ਕੀਤਾ, ਵਜ਼ਨ ਵੁਜ਼ਨ ਬਹੁਤ ਆ, ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ, ਬਾਕੀ 5-4 ਦਿਨ ਬਾਈ ਦੱਸਦਾ ਹਜੇ ਲੈ ਜੂ, ਉੱਥੇ ਹੀ ਬੰਨ ਲਓ ਬਸ, ਕੋਈ ਗੱਲ ਨਹੀਂ। ਥਣਾਂ ਦੀ ਸਾਫ਼ ਸੁਥਰੀ ਆ, 4 ਹੀ ਥਾਣ ਆ, ਹੱਦੀ ਚਵਾਈ ਵਾਲੇ ਗੈਪ 'ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ। ਹਵਾਨਾ ਸੋਹਣਾ, ਉੱਪਰੋਂ ਸੂਲ ਤੋਂ ਚੌੜਾ ਸਟਾਰਟ ਹੁੰਦਾ, ਹਜੇ ਵਾਲ ਢਿੱਲਾਂ ਕਾਫੀ ਬਾਕੀ ਆ, 4-5 ਦਿਨ ਲੈ ਜੂਗੀ। 4-5 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ। ਕਰਮ ਵਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ, ਹੱਦੀ ਚਵਾਈ ਵਾਲੇ ਥਾਣ 4 ਹੀ ਹੈ, ਕੋਈ ਫੋਰ ਸ਼ਾਂਗ ਨਹੀਂ, ਗੈਪ 'ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ। ਹਵਾਨੇ ਦੇ 4 ਸਵੇਰੇ ਵਾਲ ਢਿੱਲਾਂ ਹਜੇ ਕਾਫੀ ਬਾਕੀ ਆ, ਬਾਕੀ ਥਾਣਾ 'ਚ ਵੀ ਹਜੇ ਪ੍ਰੋਪਰ ਧਾਰਾਂ ਪਾਈਆਂ ਨਹੀਂ, 4-5 ਦਿਨ ਲੈ ਜੂਗੀ। ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੂ, ਸੁਨੱਖੀ ਝੋਟੀ ਹੈ, ਮੂੰਹ ਮੱਥੇ ਦੀ ਸੋਹਣੀ ਹੈ, ਕੁੰਡਾ ਸਿੰਘ ਹੈ, ਵਜ਼ਨ ਬਹੁਤ ਹੈ ਅਤੇ ਸੁਨੱਖੀ ਵੀ ਫੁੱਲ ਆ। ਮੁੱਲ ਬਾਈ ਜਾਇਜ਼ ਜਿਹਾ ਲੈਣ ਦੇਣ ਵਾਲਾ? ਜਾਇਜ਼ ਵੀਰੇ 1-35 ਦੀ ਛੱਡ ਦਿਆਂਗੇ। 1,35,000? ਹਾਂਜੀ, ਮਾਨਤਾਨ ਵਿੱਚੋਂ ਮੜ ਮੜ ਕਰ ਦਿਆਂ। ਸਹੀ ਹੈ ਜੀ। ਫੋਨ ਨੰਬਰ ਦੱਸ ਦਿਓ ਆਪਦਾ ਜੀ। 99-888-17-040। ਇੱਕ ਵਾਰੀ ਫਿਰ ਦੱਸ ਦਿਓ। 99-888-17-040। 17-040? ਹਾਂਜੀ। 99-888? ਹਾਂਜੀ। 99? ਹਾਂਜੀ, 99-888। ਇਹ ਬਾਈ ਦਾ ਮੋਬਾਈਲ ਨੰਬਰ, ਕੰਟੈਕਟ ਨੰਬਰ ਹੈ। 1,35,000 ਬਾਈ ਡਿਮਾਂਡ ਕਰਦਾ, ਮੌਕੇ 'ਤੇ ਮਾਨਤਾਨ ਹੋ ਜੂ। ਝੋਟੀ ਸੋਹਣੀ ਆ, ਬਾਕੀ ਤੁਸੀਂ ਵੀ ਜਦੋਂ ਬਾਈ ਦੇ ਘਰ ਆਉਂਗੇ, ਆ ਕੇ ਝੋਟੀ ਵੇਖੋਗੇ, ਤੁਹਾਡੇ ਵੀ ਮਨ ਲੱਗੂ। ਸੁਨੱਖੀ ਪੂਰੀ ਹੈ, ਛੋਟੀ ਸਿੰਘੀ ਨਾਲ ਦੀ ਮੁੜੀ ਹੋਈ ਆ, ਵਜ਼ਨ ਬਹੁਤ ਆ, 10 ਕਿਲੋ ਦੁੱਧ ਪਹਿਲਾਂ ਥੱਲੋਂ ਚੋਇਆ, ਬਾਕੀ ਹੁਣ ਅੱਗੇ ਤੁਹਾਡੀ ਸੇਵਾ ਸੰਭਾਲ 'ਤੇ ਡਿਪੈਂਡ ਕਰਦਾ। ਝੋਟੀ ਆਰ ਕੀ ਦੁੱਧ ਵੱਧ ਚਵਾ ਜੂ, ਪਰ ਦੁੱਧ ਦੇਣਾ ਸੇਵਾ ਨੇ ਆ। ਜੇ ਜਾ ਕੇ ਸੁੱਕੀ ਤੂੜੀ 'ਤੇ ਬੰਨੀ ਰੱਖੀ, ਧੁੱਪੇ ਹੀ ਬੰਨੀ ਰੱਖੀ, ਗਰਮੀ ਬਹੁਤ ਆ, ਫਿਰ ਤਾਂ ਕਰਮ ਵਾਲੀ ਨੇ ਉਪਜਾ ਦੁੱਧ ਦੇਣਾ। ਪਰ ਝੋਟੀ ਰਾਜੀ ਹੈ, ਤਿਆਰੀ ਬਹੁਤ ਹੈ, ਜੇ ਤੁਸੀਂ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲਓਗੇ, ਐਰਕੀ ਪਿਛਲੇ ਸੂਏ ਨਾਲੋਂ 2-3 ਕਿਲੋ ਦੁੱਧ ਕੋਈ ਵੱਧ ਚਵਾ ਜੂ, ਬਾਕੀ ਦੁੱਧ ਦੇਣਾ ਤੁਹਾਡੀ ਸੇਵਾ ਨੇ ਹੈ। ਫੋਨ ਨੰਬਰ ਸਕਰੀਨ 'ਤੇ ਹੈ, ਕੋਈ ਵਪਾਰ ਦਾ ਕੰਮ ਨਹੀਂ, ਦੋ ਹੀ ਪਸ਼ੂ ਹੈ, ਇੱਕ ਵਹਿੜ ਆ, ਇੱਕ ਝੋਟੀ ਹੈ, ਇਹ ਝੋਟੀ ਸੇਲ ਹੈ। ਫੋਨ ਨੰਬਰ ਸਕਰੀਨ 'ਤੇ ਹੈ, ਪਿੰਡ ਲੰਗਿਆਣਾ ਨਵਾਂ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ।
ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਮੌਕੇ 'ਤੇ ਮਾਣ ਤਾਣ ਹੋ ਜੂਗਾ। ਫੋਨ ਨੰਬਰ ਸਕਰੀਨ 'ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।